ਮੈਨੂੰ ਕਹਿ ਕੇ ਗਿਆ ਸੀ ਕਿ ਹੁਣੇ ਮੁੜਿਆਉਂਗਾ ਮਾਂ ਪਰ ਮੁੜਿਆ ਹੀ ਨਹੀਂ YouTube ਚੈਨਲ ਤੇ ਰਿਲੀਜ਼ ਹੋਇਆ ਦਿ ਲਾਸਟ ਵਿਸ਼ ਗੀਤ ਪਾ ਰਿਹਾ ਪੂਰੀ ਤਰ੍ਹਾਂ ਮੇਰੇ ਨਾਮ ਨਾਲ ਲਾ ਕੇ ਪਰਤਾਨੀ ਭੇਜਿਆ ਗਿਆ ਗੀਤ ਚ ਦਿਖਾਈਆਂ ਗਈਆਂ ਬੇहद ਭਾਵੁਕ ਤਸਵੀਰਾਂ ਮੈਂ ਦੁਆਚੋਂ ਗਾਉਂਗਾ ਇਹਦੇ ਵੀਡੀਓ ਦੇਖ ਫੈਨਸ ਦੀਆਂ ਅੱਖਾਂ ਦੇ ਵਿੱਚੋਂ ਨਿਕਲੇ ਹੰਝੂ ਆਓ ਗਲ ਤੱਕ ਕਾਰਤੂਸ ਤੁਨੇ ਚਾਹੀਦੇ ਰੋਣ ਕੋਈ ਨਾ ਦਿਓ ਤਾਨੂੰ ਫੇਰ ਮਾਰੇਓ ਦੀ ਲਾਸਟ ਵਿਸ਼ ਗੀਤ ਨੇ ਫਿਰ ਦਿਵਾਈ ਸਿੱਧੂ ਮੂਸੇਵਾਲੇ ਦੀ ਯਾਦ ਸਤਰੀਆ ਕਾਲ ਜੀ ਮੈਂ ਸ਼ਸ਼ ਸ਼ਰਮਾ ਚੜਦੀ ਕਲਾ ਟਾਈਮ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਸਿੱਧੂ ਮਸੇਵਾਲੇ ਦੇ YouTube ਚੈਨਲ 5911 ਰਿਕਾਰਡਸ ਤੇ ਨਵਾਂ ਗੀਤ ਦੀ ਲਾਸਟ ਵਿਸ਼ ਰਿਲੀਜ਼ ਕੀਤਾ ਗਿਆ ਦੱਸ ਦਈਏ ਸਿੱਧੂ ਮਸੇਵਾਲੇ ਦੇ ਪਿਤਾ ਬਲਕੌਰ ਸਿੰਘ ਸਿੱਧੂ ਦੇ ਬੀਤੇ ਕੱਲ ਜਨਮ ਦਿਨ ਮੌਕੇ ਇਹ ਗੀਤ ਰਿਲੀਜ਼ ਕੀਤਾ ਗਿਆ ਹੈ ਹੈਪੀ ਬਰਥ ਦੇ ਪਪਾ ਤੇ ਬੱਬਾ ਤੇ ਜੇਕਰ ਗੱਲ ਕੀਤੀ ਜਾਵੇ ਇਸ ਗੀਤ ਦੀ ਗੀਤ ਦੇ ਵਿੱਚ ਦਿਖਾਈਆਂ ਗਈਆਂ ਤਸਵੀਰਾਂ ਦੀ ਤਾਂ ਬੇहद ਹੀ ਭਾਵੁਕ ਕਰ ਦੇਣ ਵਾਲੀਆਂ ਤਸਵੀਰਾਂ ਇਸ ਗੀਤ ਦੇ ਵਿੱਚ ਦਿਖਾਈਆਂ ਗਈਆਂ ਨੇ ਦੀ ਲਾਸਟ ਵਿਸ਼ ਗੀਤ ਸਿੰਗਰ ਟਾਈਗਰ ਹਲਵਾਰਾ ਦੇ ਵੱਲੋਂ ਲਿਖਿਆ ਤੇ ਗਾਇਆ ਗਿਆ ਇਸ ਗੀਤ ਦੇ ਵਿੱਚ ਸਿੱਧੂ ਮਸੇਵਾਲੇ ਦੇ ਮਾਤਾ ਪਿਤਾ ਨਜ਼ਰ ਆ ਰਹੇ ਨੇ ਜੋ ਆਪਣੇ ਪੁੱਤ ਸਿੱਧੂ ਨੂੰ ਯਾਦ ਕਰ ਰਹੇ ਨੇ ਮਸੇਵਾਲੇ ਦੀ ਹਵੇਲੀ ਇਸ ਗੀਤ ਦੇ ਵਿੱਚ ਦਿਖਾਈ ਗਈ ਹੈ ਸਿੱਧੂ ਦੀ ਲਾਸਟ ਰਾਈਡ ਵਾਲੀ ਥਾਰ ਵੀ ਦਿਖਾਈ ਗਈ ਹੈ ਜਿਸ ਦੇ ਵਿੱਚ ਬਲਕੌਰ ਸਿੱਧੂ ਸਫ਼ਰ ਕਰਦੇ ਦਿਖਾਈ ਗਏ ਨੇ ਥਾਰ ਤੇ ਘਟਨਾ ਸਮੇਂ ਲੱਗੇ ਗੋਲੀਆਂ ਦੇ ਨਿਸ਼ਾਨ ਨਜ਼ਰ ਆ ਰਹੇ ਨੇ ਇਹ ਉਹੀ ਥਾਰ ਹੈ ਜਿਸ ਦੇ ਵਿੱਚ ਸਿੱਧੂ ਨੇ ਆਖਰੀ ਵਾਰ ਸਫ਼ਰ ਕੀਤਾ ਅਤੇ ਉਹ ਇਸ ਥਾਰ ਦੇ ਵਿੱਚ ਸਵਾਰ ਹੋ ਕੇ ਹੀ ਪਿੰਡ ਜਵਾਰਕੇ ਗਿਆ ਸੀ ਪਿੰਡ ਜਵਾਰਕੇ ਦੀਆਂ ਤਸਵੀਰਾਂ ਵੀ ਇਸ ਗੀਤ ਦੇ ਵਿੱਚ ਦਿਖਾਈਆਂ ਗਈਆਂ ਨੇ ਜਿੱਥੇ ਮੂਸੇ ਵਾਲੇ ਤੇ ਗੋਲੀਆਂ ਦੇ ਨਾਲ ਹਮਲਾ ਕੀਤਾ ਜਾਂਦਾ ਹੈ ਅਤੇ ਜਿੱਥੇ-ਜਿੱਥੇ ਗੋਲੀਆਂ ਦੇ ਨਿਸ਼ਾਨ ਨੇ ਉਹੋ ਵੀ ਤਸਵੀਰਾਂ ਇਸ ਗੀਤ ਦੇ ਵਿੱਚ ਨਜ਼ਰ ਆ ਰਹੀਆਂ ਨੇ ਬੇहद ਹੀ ਭਾਵੁਕ ਤਸਵੀਰਾਂ ਇਸ ਗੀਤ ਦੇ ਵਿੱਚ ਦਿਖਾਈਆਂ ਗਈਆਂ ਨੇ ਜੇਕਰ ਗੱਲ ਕਰੀਏ ਗੀਤ ਦੇ ਬੋਲਾਂ ਦੀ ਤਾਂ ਗੀਤ ਦੇ ਬੋਲ ਦਿਲ ਨੂੰ ਝੰਜੋੜਨ ਵਾਲੇ ਨੇ ਅਤੇ ਗੀਤ ਦੀਆਂ ਤਸਵੀਰਾਂ ਦੇਖ ਫੈਨਸ ਦੀਆਂ ਅੱਖਾਂ ਦੇ ਵਿੱਚੋਂ ਅਥਰੂ ਵਗਣੇ ਸ਼ੁਰੂ ਹੋ ਗਏ ਜੋ ਕੁਝ ਸਿੱਧੂ ਨਾਲ ਉਸ ਸਮੇਂ ਵਾਪਰਿਆ ਸੀ ਉਹ ਸਾਰਾ ਦ੍ਰਿਸ਼ ਮੂਰਿਆ ਜਾਂਦਾ ਹੈ ਅਤੇ ਇਸ ਗੀਤ ਦੇ ਵਿੱਚ ਮੂਸੇ ਵਾਲੇ ਨੂੰ ਇਨਸਾਫ ਦਿਵਉਣ ਦੀ ਮੰਗ ਵੀ ਕੀਤੀ ਗਈ ਹੈ ਗੀਤ ਦੇ ਸ਼ੁਰੂਆਤ ਦੇ ਵਿੱਚ ਮੂਸੇ ਵਾਲੇ ਦੀ ਮਾਤਾ ਇਹ ਕਹਿੰਦੀ ਨਜ਼ਰ ਆਉਂਦੀ ਹੈ ਕਿ ਪੁੱਤ ਤੂੰ ਇਹ ਕਹਿ ਕੇ ਗਿਆ ਸੀ ਕਿ ਜਲਦ ਘਰ ਵਾਪਸ ਆ ਜਾਵੇਗਾ ਪਰ ਅਜੇ ਤੱਕ ਤੂੰ ਵਾਪਸ ਨਹੀਂ ਆਇਆ ਤੇ ਗੀਤ ਦੇ ਆਖਿਰ ਦੇ ਵਿੱਚ ਹੀ ਬੇहद ਪਾਪੂ ਕੋ ਕਰ ਦੇਣ ਵਾਲੇ ਪਲ ਨਜ਼ਰ ਆਉਂਦੇ ਨੇ ਮੁੱਸੇ ਵਾਲੇ ਦੇ ਪਿਤਾ ਸਿੱਧੂ ਦੇ ਬੁੱਤ ਨਾਲ ਗੱਲਾਂ ਕਰਦੇ ਨੇ ਅਤੇ ਕਹਿੰਦੇ ਨੇ ਪੁੱਤ ਅੱਜ ਮੈਨੂੰ ਦੇਸ਼ਾਂ ਵਿਦੇਸ਼ਾਂ ਤੋਂ ਵਧਾਈਆਂ ਆਈਆਂ ਪਰ ਤੂੰ ਮੈਨੂੰ ਵਿਸ਼ ਨਹੀਂ ਕੀਤੀ ਇਹ ਕਹਿ ਕੇ ਬਲਕੋਹ ਸਿੱਧੂ ਦੀਆਂ ਅੱਖਾਂ ਭਰ ਆ ਜਾਂਦੀਆਂ ਨੇ ਤੇ ਨਾਲ ਹੀ ਮੁੱਸੇ ਵਾਲੇ ਦੀ ਆਵਾਜ਼ ਸੁਣਾਈ ਦਿੰਦੀ ਹੈ ਤੇ ਕਹਿੰਦਾ ਹੈ ਹੈਪੀ ਬਰਥਡੇ ਪਾਪਾ ਇਸ ਆਵਾਜ਼ ਨੂੰ ਸੁਣ ਕੇ ਹਰ ਕੋਈ ਮੁੱਸੇ ਵਾਲੇ ਨੂੰ ਯਾਦ ਕਰਦਾ ਹੈ ਦਾਸਿਸ ਗੀਤ ਦੇ ਵਿੱਚ ਸਿੱਧੂ ਮਸੇਵਾਲੇ ਦੇ ਸੰਸਕਾਰ ਵਾਲੀ ਜਗ੍ਹਾ ਵੀ ਦਿਖਾਈ ਜਾਂਦੀ ਹੈ ਜਿੱਥੇ ਸਿੱਧੂ ਦਾ ਬੁੱਤ ਲਗਾਇਆ ਹੋਇਆ ਅਤੇ ਦੂਰੋਂ ਦੂਰੋਂ ਅਜੇ ਵੀ ਲੋਕੀ ਉਸ ਸਮਾਦ ਤੇ ਆਉਂਦੇ ਨੇ ਦਾਸਿਸ ਗੀਤ ਦੇ ਵਿੱਚ ਸਿੱਧੂ ਨਾਲ ਵਾਪਰੀ ਸਾਰੀ ਘਟਨਾ ਨੂੰ ਇਸ ਗੀਤ ਦੇ ਜ਼ਰੀਏ ਬਿਆਨ ਕੀਤਾ ਗਿਆ ਤੇ ਮਾਤਾ ਪਿਤਾ ਆਪਣੇ ਪੁੱਤ ਨੂੰ ਯਾਦ ਕਰਦੇ ਨਜ਼ਰ ਆ ਰਹੇ ਨੇ ਸੋ ਇਸ ਗੀਤ ਤੋਂ ਬਾਅਦ ਪਿਤਾ ਬਲਕੌਰ ਸਿੰਘ ਸਿੱਧੂ ਦੇ ਵੱਲੋਂ ਇਹ ਵੀ ਕਿਹਾ ਗਿਆ ਕਿ ਜਦੋਂ ਸਿੱਧੂ ਮੂਸੇਵਾਲਾ ਜਿਉਂਦਾ ਸੀ ਤਾਂ ਉਸਦੇ ਵੱਲੋਂ ਆਪਣੇ ਮਾਤਾ ਪਿਤਾ ਦੇ ਜਨਮ ਦਿਨ ਮੌਕੇ ਕੁਝ ਨਾ ਕੁਝ ਸਪੈਸ਼ਲ ਕੀਤਾ ਜਾਂਦਾ ਸੀ ਜਿਵੇਂ ਕਿ ਮਾਤਾ ਚਰਨਕੌਰ ਦੇ ਜਨਮ ਦਿਨ ਮੌਕੇ ਸਿੱਧੂ ਮੂਸੇਵਾਲੇ ਦੇ ਵੱਲੋਂ ਇੱਕ ਗੀਤ ਰਿਲੀਜ਼ ਕੀਤਾ ਗਿਆ ਸੀ ਡੀਅਰ ਮम्मा ਤਾਂ ਪਿਤਾ ਦੇ ਜਨਮ ਦਿਨ ਮੌਕੇ ਵੀ ਹਰ ਵਾਰ ਉਹਨਾਂ ਦੇ ਵੱਲੋਂ ਕੁਝ ਸਪੈਸ਼ਲ ਕੀਤਾ ਜਾਂਦਾ ਸੀ ਸੋ ਇਸੇ ਰੀਤ ਨੂੰ ਅੱਗੇ ਤੋੜਦਿਆਂ ਹੋਇਆਂ ਪੀਤਾ ਬਲਕੌਰ ਸਿੰਘ ਦੇ ਵੱਲੋਂ ਇਹ ਗੀਤ ਹੈ ਜੋ ਕਿ ਕੱਲ ਉਹਨਾਂ ਦੇ ਜਨਮ ਦਿਨ ਮੌਕੇ ਰਿਲੀਜ਼ ਕੀਤਾ ਗਿਆ। ਇਸ ਗੀਤ ਦੇ ਵਿੱਚ ਜਿਹੜੀਆਂ ਤਸਵੀਰਾਂ ਨੇ ਉਹ ਬੇहद ਹੀ ਰੁਲਾ ਦੇਣ ਵਾਲੀਆਂ ਅਤੇ ਬੇहद ਹੀ ਭਾਵੁਕ ਕਰ ਦੇਣ ਵਾਲੀਆਂ। ਬੇਸ਼ੱਕ ਸਿੱਧੂ ਮਸੇਵਾਲਾ ਅੱਜ ਇਸ ਦੁਨੀਆ ਦੇ ਵਿੱਚ ਨਹੀਂ ਰਿਹਾ ਪਰ ਉਹ ਅਜੇ ਵੀ ਆਪਣੇ ਗੀਤਾਂ ਦੇ ਜ਼ਰੀਏ ਆਪਣੇ ਫੈਨਸ ਦੇ ਦਿਲਾਂ ਦੇ ਵਿੱਚ ਧੜਕ ਰਿਹਾ ਹੈ। 29 ਮਈ 2022 ਨੂੰ ਪਿੰਡ ਜਵਹਾਰਕੇ ਦੇ ਵਿੱਚ ਸਿੱਧੂ ਮਸੇਵਾਲੇ ਦੀ ਗੋਲੀਆਂ ਦੇ ਨਾਲ ਹੱਤਿਆ ਕੀਤੀ ਜਾਂਦੀ ਹੈ ਉਸ ਤੋਂ ਬਾਅਦ ਲਗਾਤਾਰ ਹੀ ਸਿੱਧੂ ਮਸੇਵਾਲੇ ਦੀ ਇंसाफ ਦੀ ਮੰਗ ਕੀਤੀ ਜਾ ਰਹੀ ਹੈ ਕਿ ਜਲਦ ਸਿੱਧੂ ਮਸੇਵਾਲੇ ਨੂੰ ਇंसाफ ਦਿੱਤਾ ਜਾਵੇ ਤਾਂ ਇਸ ਗੀਤ ਦੇ ਵਿੱਚ ਵੀ ਜੇਕਰ ਗੱਲ ਕੀਤੀ ਜਾਵੇ ਤਾਂ ਸਿੱਧੂ ਮਸੇਵਾਲੇ ਨੂੰ ਇंसाफ ਦਿਵਾਉਣ ਦੀ ਗੱਲ ਕੀਤੀ ਗਈ ਹੈ ਤਸਵੀਰ ਦੇ ਵਿੱਚ ਉਹਨਾਂ ਦੀ ਹਵੇਲੀ ਥਾਰ ਜੋ ਸਿੱਧੂ ਮਸੇਵਾਲੇ ਦੀ ਥਾਰ ਹੈ 5911 ਟਰੈਕਟਰ ਇਸ ਤੋਂ ਇਲਾਵਾ ਹੋਰ ਵੀ ਜੋ ਤਸਵੀਰਾਂ ਨੇ ਦਿਖਾਈਆਂ ਗਈਆਂ ਨੇ ਉਹ ਸਾਰਾ ਦ੍ਰਿਸ਼ ਜੋ ਸਮੇਂ ਸਿੱਧੂ ਦੇ ਨਾਲ ਘਟਨਾ ਵਾਪਰੀ ਸੀ ਉਹ ਸਾਰਾ ਦ੍ਰਿਸ਼ ਇਸ ਗੀਤ ਦੇ ذریعے ਦਿਖਾਇਆ ਗਿਆ ਸੋ ਜਿੱਥੇ ਹੀ ਦਰਸ਼ਕਾਂ ਦੇ ਵੱਲੋਂ ਇਸ ਗੀਤ ਨੂੰ ਬੇਹੱਦ ਪਸੰਦ ਕੀਤਾ ਜਾ ਰਿਹਾ ਤਾਂ ਇਸ ਗੀਤ ਨੂੰ ਸੁਣਨ ਤੋਂ ਬਾਅਦ ਅਤੇ ਵੀਡੀਓਜ਼ ਦੇਖਣ ਤੋਂ ਬਾਅਦ ਸਿੱਧੂ ਮੂਸੇਵਾਲੇ ਨੂੰ ਹਰ ਕੋਈ ਯਾਦ ਕਰਦਾ ਤੇ ਹਰ ਇੱਕ ਦੀਆਂ ਅੱਖਾਂ ਨਮ ਹੋ ਜਾਂਦੀਆਂ ਨੇ ਸੋ ਇਸ ਗੀਤ ਬਾਰੇ ਦੀ ਲਾਸਟ ਵਿਸ਼ ਗੀਤ ਬਾਰੇ ਤੁਹਾਡੀ ਕੀ ਰਾਏ ਹੈ ਤੁਹਾਨੂੰ ਕਿਵੇਂ ਦਾ ਲੱਗਿਆ ਇਹ ਗੀਤ ਜੋ ਵੀ ਤੁਹਾਡੀ ਰਾਏ ਹੈ ਤੇ ਜੋ ਵੀ ਤੁਹਾਡੇ ਵਿਚਾਰ ਨੇ ਉਹ ਨੀਚੇ ਕਮੈਂਟ ਬਾਕਸ ਦੇ ਵਿੱਚ ਸਾਂਝੇ ਕਰ ਸਕਦੇ ਹੋ ਦੇਖਦੇ ਰਹੋ ਚੜਦੀ ਕਲਾ ਟਾਈਮ ਟੀਵੀ ਧੰਨਵਾਦ